ਉਹਨੂੰ ਤਸੱਲੀ ਕਰ ਲੈਂਦੇ ਹੋ ਤਾਂ ਉਹਦੇ ਚੋਂ ਅਸੀਂ ਮਤਲਬ ਉੱਠ ਕੇ ਚੱਲਦੇ ਹਾਂ। ਸਰ ਜਿਹੜਾ ਯੂਨੀਅਨ ਮਿਨਿਸਟਰ ਨੇ ਇਨਵਾਈਟ ਕੀਤਾ ਟਾਕਸ ਵਾਸਤੇ ਜਾਣ ਦੀ ਕਿਸੇ ਬ੍ਰਦਰ ਹਾਇਦਰਾਬਾਦ ਸਾਨੂੰ ਜੋ ਇਹੀ ਤਾਂ ਮੈਂ ਗੱਲਾਂ ਕਰੀ ਜਾਂਦਾ ਸਾਨੂੰ ਪਹਿਲਾਂ ਤਸੱਲੀ ਕਰ ਲੈਂਦੇ ਹੋ ਸਾਡੇ ਉਧਰ ਰਿਪੋਰਟ ਮਿਲੀ ਸਾਨੂੰ ਬੈਠ ਕੇ ਨਾ ਇੱਕ ਆਰਾਮ ਨਾਲ ਕਰ ਦੋ 2 ਮਿੰਟ ਦੀ ਚਾਹੇ ਫਿਰ ਚਾਰ ਕਰ ਲਓ ਅਸੀਂ ਕਰਾਂਗੇ ਪਹਿਲਾਂ ਸਾਨੂੰ ਰਿਪੋਰਟ ਤਾਂ ਲੈ ਲੈਂਦੇ ਵੀ ਸਾਡੇ ਬੰਦੇ ਦਾ ਉੱਥੇ ਕੀ ਪੋਜੀਸ਼ਨ ਹੈ ਕੀ ਹੋਇਆ ਹੈ ਖਨੌਰੀ ਦੇ ਉੱਤੇ ਸਾਨੂੰ ਪਤਾ ਕਰ ਲੈਂਦੇ ਹੋ ਵੀ ਕੀ ਹੋਇਆ ਉਸ ਤੋਂ ਬਾਅਦ ਅਸੀਂ ਪ੍ਰੈਸ ਦੇ ਸਾਹਮਣੇ ਸਾਰਾ ਕੁਝ ਮਤਲਬ ਬਰੀਫ ਕਰਾਂਗੇ। ਸਾਨੂੰ ਅਸੀਂ ਇੱਕ ਮਿੰਟ ਸਾਨੂੰ ਇਹ ਕਹਿ ਰਹੇ ਸੀਗੇ ਤਾਂ ਹੀ ਅਸੀਂ ਬੈਠੇ ਬੈਠੇ ਸੀਗੇ ਸਵਾਲ ਇਹ ਨਹੀਂ ਹੈ ਪਰ ਅਰਜ ਕੀ ਹੈ ਸਾਨੂੰ ਸਾਨੂੰ ਅਧਿਕਾਰੀਆਂ ਨੇ ਕਿਹਾ ਸੀਗਾ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਉੱਤੇ ਚਰਚਾ ਹੋ ਰਹੀ ਸੀ ਸਵਾਲ ਇਹ ਹੈ ਕਿ ਉਹਨੇ ਦੇ ਵਿੱਚ ਇਨ ਟਾਈਮ ਸਾਨੂੰ ਰਿਪੋਰਟ ਮਿਲੀ ਹੈ ਕਿ ਉਧਰਲੇ ਪਾਸੇ ਇੱਕ ਮੁੰਡੇ ਦੀ ਡੈਥ ਹੋਈ ਹੈ ਉਹਦਾ ਸਾਨੂੰ ਪਤਾ ਕਰ ਲੈਣ ਦਿਓ ਕਿ ਕੀ ਹੈ ਉਸ ਤੋਂ ਬਾਅਦ ਪੀਸੀ ਕਰਾਂਗੇ ਉਸ ਤੋਂ ਬਾਅਦ ਅਸੀਂ ਹੋ ਸਕਦਾ ਮੀਟਿੰਗ ਹੀ ਇਹ ਜੇ ਹੋਈ ਆ ਘਟਨਾ ਫਿਰ ਅਸੀਂ ਮੀਟਿੰਗ ਕਾਹਦੀ ਕਰਾਂਗੇ ਨਹੀਂ ਜਿਹੜਾ ਸੱਦਾ ਪੱਤਰ ਜੇ ਆਉਂਦਾ ਹੈ ਤਾਂ ਯਾਰ ਕਮਾਲ ਹਾਏ ਰੱਬਾ ਕਮਾਲ ਹੋ ਗਈ ਤੁਸੀਂ ਪੱਤਰਕਾਰ ਹੋ ਯਾਰ ਕਿਉਂ ਮਤਲਬ ਟਕਲੇ ਪੁਲਿਸ ਦੇ ਕਰ ਲਈ ਹੈ ਜੇ ਕਿਦਾਂ ਟਾਕਸ ਕੀ ਲੇਅਰ ਰੈਡੀ ਤੋਂ ਹੈ ਯਾਰ ਅਭੀ ਅਭੀ ਵਿਚਾਰ ਕੇ ਦੇਖ ਬੱਚਾ ਦੱਸਦੇ ਆ ਆਪ ਕੋਈ ਮੀਟਿੰਗ ਦਾ ਸੁਨੇਹਾ ਆਇਆ ਹੈ ਅੱਜ ਉਹਦੀ ਕਨਫਰਮ ਕਰਦੇ ਦੇਖੋ ਉੱਥੋਂ ਪ੍ਰਸਤਾਵ ਉਹਨਾਂ ਨਾਲ ਗੱਲ ਕਰਦੇ ਤਾਂ ਹੀ ਬਾਹਰ ਆਏ ਆ ਵੀ ਗੱਲ ਕਰ ਲਈਏ ਖਨੌਰੀ ਵਾਲਿਆਂ ਨਾ ਵੀ ਅਸਲ ਗੱਲ ਕੀ ਹੋਈ ਆ ਅਬ ਵਾਰਤਾ ਕੇ ਬਾਰੇ ਮੇਂ ਵੀ ਵਿਚਾਰ ਕਰਕੇ ਕਰੇਂਗੇ ਅਭੀ 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 ਸਭ ਆਪਕੋ ਪੀਸੀ ਮੇਂ ਕਰਕੇ ਬਤਾਏਂਗੇ ਬਸ ਰਹਿ ਕਰ ਲੈ ਮੈਂ 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 ਬੋਲ ਰਹਾ ਹੂੰ ਅਭੀ ਵਿਚਾਰ ਕਰ ਲੈ ਦੀਜੀਏ ਸਾਨੂੰ ਉਹਨੂੰ ਤਸੱਲੀ ਕਰ ਲੈਂਦੇ ਹੋ ਤਾਂ ਉਹਦੇ ਚੋਂ ਅਸੀਂ ਮਤਲਬ ਉੱਠ ਕੇ ਚੱਲਦੇ ਹਾਂ। ਸਰ ਜਿਹੜਾ ਯੂਨੀਅਨ ਮਿਨਿਸਟਰ ਨੇ ਇਨਵਾਈਟ ਕੀਤਾ ਟਾਕਸ ਵਾਸਤੇ ਜਾਣ ਦੀ ਕਿਸੇ ਬ੍ਰਦਰ ਹਾਇਦਰਾਬਾਦ ਸਾਨੂੰ ਜੋ ਇਹੀ ਤਾਂ ਮੈਂ ਗੱਲਾਂ ਕਰੀ ਜਾਂਦਾ ਸਾਨੂੰ ਪਹਿਲਾਂ ਤਸੱਲੀ ਕਰ ਲੈਂਦੇ ਹੋ ਸਾਡੇ ਉੱਧਰ ਰਿਪੋਰਟ ਮਿਲੀ ਸਾਨੂੰ ਬੈਠ ਕੇ ਨਾ ਇੱਕ ਆਰਾਮ ਨਾਲ ਕਰ ਦੋ 2 ਮਿੰਟ ਦੀ ਚਾਹੇ ਫਿਰ ਚਾਰ ਕਰ ਲਓ ਅਸੀਂ ਕਰਾਂਗੇ ਪਹਿਲਾਂ ਸਾਨੂੰ ਰਿਪੋਰਟ ਤਾਂ ਲੈ ਲੈਂਦੇ ਵੀ ਸਾਡੇ ਬੰਦੇ ਦਾ ਉੱਥੇ ਕੀ ਪੋਜੀਸ਼ਨ ਹੈ ਕੀ ਹੋਇਆ ਹੈ ਖਨੌਰੀ ਦੇ ਉੱਤੇ ਸਾਨੂੰ ਪਤਾ ਕਰ ਲੈਂਦੇ ਹੋ ਵੀ ਕੀ ਹੋਇਆ ਉਸ ਤੋਂ ਬਾਅਦ ਅਸੀਂ ਪ੍ਰੈਸ ਦੇ ਸਾਹਮਣੇ ਸਾਰਾ ਕੁਝ ਮਤਲਬ ਬਰੀਫ ਕਰਾਂਗੇ। ਸਾਨੂੰ ਅਸੀਂ ਇੱਕ ਮਿੰਟ ਸਾਨੂੰ ਇਹ ਕਹਿ ਰਹੇ ਸੀਗੇ ਤਾਂ ਹੀ ਅਸੀਂ ਬੈਠੇ ਬੈਠੇ ਸੀਗੇ ਸਵਾਲ ਇਹ ਨਹੀਂ ਹੈ ਪਰ ਅਰਜ ਕੀ ਹੈ ਸਾਨੂੰ ਸਾਨੂੰ ਅਧਿਕਾਰੀਆਂ ਨੇ ਕਿਹਾ ਸੀਗਾ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਉੱਤੇ ਚਰਚਾ ਹੋ ਰਹੀ ਸੀ ਸਵਾਲ ਇਹ ਹੈ ਕਿ ਉਹਨੇ ਦੇ ਵਿੱਚ ਇਨ ਟਾਈਮ ਸਾਨੂੰ ਰਿਪੋਰਟ ਮਿਲੀ ਹੈ ਕਿ ਉਧਰਲੇ ਪਾਸੇ ਇੱਕ ਮੁੰਡੇ ਦੀ ਡੈਥ ਹੋਈ ਹੈ ਉਹਦਾ ਸਾਨੂੰ ਪਤਾ ਕਰ ਲੈਣ ਦਿਓ ਕਿ ਕੀ ਹੈ ਉਸ ਤੋਂ ਬਾਅਦ ਪੀਸੀ ਕਰਾਂਗੇ ਉਸ ਤੋਂ ਬਾਅਦ ਅਸੀਂ ਹੋ ਸਕਦਾ ਮੀਟਿੰਗ ਹੀ ਇਹ ਜੇ ਹੋਈ ਆ ਘਟਨਾ ਫਿਰ ਅਸੀਂ ਮੀਟਿੰਗ ਕਾਹਦੀ ਕਰਾਂਗੇ ਅਸੀਂ ਨਹੀਂ ਜਿਹੜਾ ਸੱਦਾ ਪੱਤਰ ਜੇ ਆਉਂਦਾ ਹੈ ਤਾਂ ਯਾਰ ਕਮਾਲ ਹਾਏ ਰੱਬਾ ਕਮਾਲ ਹੋ ਗਈ ਤੁਸੀਂ ਪੱਤਰਕਾਰ ਹੋ ਯਾਰ ਕਿਉਂ ਮਤਲਬ ਟਕਲੇ ਪੁਲਿਸ ਦੇ ਕਰ ਲਈ ਹੈ ਜੇ ਕਿਦਾਂ ਟਾਕਸ ਕੀ ਲੇਅਰ ਰੈਡੀ ਤੋਂ ਹੈ ਯਾਰ ਅਭੀ ਅਭੀ ਵਿਚਾਰ ਕੇ ਦੇਖ ਬੱਚਾ ਦੱਸਦੇ ਆ ਆਪ ਕੋਈ ਮੀਟਿੰਗ ਦਾ ਸੁਨੇਹਾ ਆਇਆ ਹੈ ਅੱਜ ਉਹਦੀ ਕਨਫਰਮ ਕਰਦੇ ਦੇਖੋ ਉੱਥੋਂ ਪ੍ਰਸਤਾਵ ਉਹਨਾਂ ਨਾਲ ਗੱਲ ਕਰਦੇ ਤਾਂ ਹੀ ਬਾਹਰ ਆਏ ਆ ਵੀ ਗੱਲ ਕਰ ਲਈਏ ਖਨੌਰੀ ਵਾਲਿਆਂ ਨਾ ਵੀ ਅਸਲ ਗੱਲ ਕੀ ਹੋਈ ਆ ਮਤਲਬ ਅਬ ਅਬ ਵਾਰਤਾ ਕੇ ਬਾਰੇ ਮੇਂ ਵੀ ਵਿਚਾਰ ਕਰਕੇ ਕਰੇਂਗੇ ਅਭੀ 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 ਸਭ ਆਪਕੋ ਪੀਸੀ ਮੇਂ ਕਰਕੇ ਬਤਾਏਂਗੇ ਬਸ ਰਹਿ ਕਰ ਲੈ ਮੈਂ 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 ਬੋਲ ਰਹਾ ਹੂੰ ਅਭੀ ਵਿਚਾਰ ਕਰ ਲੈ ਦੀਜੀਏ।